ਦੇਖੋ ਜੀ ਗਾਈਸ, ਹੁਣ ਆਪਣਾ ਬੰਦਾ ਪਾਉਣ ਲੱਗਿਆ ਤਲਾਮਾ ਤੇ ਆ ਦੇਖਾਂ ਵਿੱਚ। ਹਾਂਜੀ ਗਾਈਸ, ਕੀ ਹਾਲ ਚਾਲ ਛਿੜਿਓ ਸਾਰੇ, ਹੋਪ ਕਰ ਸਾ ਠੀਕ ਹੋਵੋਗੇ। ਗਾਈਸ ਸਾਰਿਆਂ ਬੈਡਰੂਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਲੋ ਬਾਬੇ, ਤੁਹਾਡਾ ਸਵਾਗਤ ਆ ਸਾਡੇ ਕਾਈਟ ਫਲਾਇੰਗ ਦੇ ਵਲੌਗ ਦੇ ਵਿੱਚ। ਤੇ ਬਾਬਾ, ਤੁਹਾਨੂੰ ਅੱਜ ਇੱਕ ਆਹ ਬੰਦਾ ਕਹਿਣ ਲੱਗਿਆ ਕੁਝ। ਤੁਹਾਨੂੰ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਅਗਲੇ ਬਲੌਗ 'ਚ ਵੀ ਅਸੀਂ ਕਬੂਤਰ ਫੜਾਂਗੇ ਤਾਂ ਫੜਾਂਗੇ, ਅਤੇ ਬਹੁਤ ਹੀ ਮੁਸ਼ਕਲ ਦੇ ਬਾਅਦ ਆਪਾਂ ਕਬੂਤਰ ਫੜ ਲਿਆ ਅਤੇ ਉਹ ਦਿਖਾ ਆ ਚੱਕੋ ਇੱਕ ਨਹੀਂ, ਆਪਾਂ ਡਬਲ ਜੋੜਾ ਹੀ ਫੜਿਆ ਵਾ। ਜਾਣ ਕੇ ਕਿਹੜੇ ਕੱਢ ਲਿਆ ਮੈਨੂੰ ਰਾਦਾ। ਇੱਕ ਆ ਕਬੂਤਰ ਆ ਗਿਆ ਕਰਕੇ ਨਹੀਂ ਹੁੰਦਾ ਤੇਰੇ ਕਰਕੇ, ਤੇਰੇ ਕਰਕੇ ਤਾਂ ਉਵੇਂ ਨਹੀਂ ਆਉਣਾ ਕੋਈ ਹੋਏ। ਅਤੇ ਚਲੋ ਫਿਰ ਬਾਬੇ, ਅੱਜ ਆਪ ਕਰਾਂਗੇ ਕਾਈਟ ਫਲਾਇੰਗ, ਦੇਖਦੇ ਅੱਜ ਕੀ ਕਿਹੜਾ ਤੰਗ ਡਾਈਗੇ ਕਿਹੜਾ ਨਹੀਂ, ਕੋਈ ਹੋਰ ਤਾਂ ਗੁੜਦਾ ਨਹੀਂ, ਆਸ ਬੇਚਰੀ ਵਿੱਚ ਪਾਵਾਂਗੇ ਅੱਜ ਆਪਾਂ। ਅਤੇ ਚਲੋ ਫਿਰ ਨਾਲੇ ਜਿਹਨੇ ਵੀ ਜਾਣਾ ਸਬਸਕ੍ਰਾਈਬ ਤਾਂ ਉਹ ਸਬਸਕ੍ਰਾਈਬ ਕਰ ਲਓ, ਤੁਹਾਨੂੰ ਕਾਈਟ ਫਾਈਟਿੰਗ ਦੇ ਮਿਲੀਏ। ਦੇਖੋ ਜੀ ਗਾਈਸ, ਹੁਣ ਆਪਣਾ ਬੰਦਾ ਪਾਉਣ ਲੱਗਿਆ ਤਲਾਮਾ ਤੇ ਆਹ ਦੇਖਾਂ ਵਿੱਚ ਤੁਸੀਂ ਤਲਾਮਾ ਪਾਈ ਜਾਂਦਾ ਹੋਣੀ ਤੇ ਮਾੜਾ ਵਿਊ ਚੈੱਕ ਕਰ ਲਓ। ਆਹ ਕਬੂਤਰ ਜਾਂ ਕਾਤਾ ਹੀ ਗੇੜੇ ਕੱਢੀ ਜਾਂਦਾ ਵਾ, ਹੁਣ ਕਿਉਂ ਆਉਣਾ ਉੱਤਰ ਵੀ ਆ। ਅਤੇ ਗਾਈਸ, ਉੱਧਰ ਕਰੋ ਸੂਰਜ ਦੇਵਤਾ ਦੇ ਗ੍ਰਹਿਣ ਦੇ ਦਰਸ਼ਨ, ਅਤੇ ਇੱਧਰ ਕਰੋ ਜੀ ਤੁਸੀਂ ਗੁਰਦੁਆਰੇ ਦੇ ਦਰਸ਼ਨ। ਹਾਂਜੀ, ਅਤੇ ਗਾਈਸ ਇੱਧਰ ਤਾਂ ਪੈ ਗਈ ਆ ਜਮਾਂ ਹੀ ਛਾਂ ਜੀ, ਅਤੇ ਮਾੜੀ ਮਾੜੀ ਹਵਾ ਹੀ ਚੱਲੀ ਜਾਂਦੀ ਆ। ਹਾਂਜੀ ਚਲ, ਗਰਮੀ ਹੈਗਾ ਤਾਂ ਹੈਗੀ ਆ ਪਰ ਗਰਮੀ ਲੱਗਦੀ ਹੈ। ਦੇਖੋ ਜੀ ਸ਼ਿਕਾਰੀ ਕੀ ਕਰੀ ਜਾਂਦਾ ਉੱਧਰ, ਉਹ ਥੱਲੇ ਰਿਟਾਇਰਮੈਂਟ, ਇੱਧਰ ਇਹ ਦੋਨੇ ਫਾਈਟਿੰਗ 'ਤੇ ਲੱਗੇ ਪਏ ਆ। ਅਤੇ ਮੈਂ ਕਿਹਾ ਇੱਧਰ ਗੱਲ ਕਰਦਾ, ਮੈਂ ਕਿਹਾ ਇੱਧਰ ਇਹ ਦੋਨੇ ਫਾਈਟਿੰਗ 'ਤੇ ਲੱਗੇ ਪਏ ਆ, ਇਕੱਲੇ ਨਾਲ ਇਕੱਲਾ ਦੇਖੀ ਜਾਂਦੇ। ਆ ਗਾਈਸ, ਇੱਧਰ ਤਲਾਮਾ ਬੰਦੇ ਨੇ ਪਾਲੀਆਂ ਵਾ, ਅਤੇ ਇੱਧਰ ਬੰਦਾ ਸਾਡਾ ਪਰਚੀਆਂ ਇਕੱਠੀਆਂ ਕਰੀ ਜਾਂਦਾ ਵਾ, ਖਲਾਰਾ ਵੀ ਇਹਦਾ ਹੀ ਪਾਇਆ ਹੋਇਆ ਵਾ। ਅਤੇ ਹੁਣ ਮੈਂ ਕਿਹੜਾ ਡਾਵਾਂ ਤੁਸੀਂ, ਚੱਲ ਆਹ ਕੱਢਦੇ ਕੱਢਦੇ, ਅਤੇ ਆਹ ਮੇਰੀ ਡੋਰਾ ਗਾਈਸ। ਅਤੇ ਚਲੋ ਹੁਣ ਮੈਂ ਤੁਹਾਨੂੰ ਆਪਣਾ ਪਤੰਗ ਚੜ੍ਹਾ ਕੇ ਮਿਲੂੰਗਾ, ਆਹ ਦੇਖ ਲਓ ਮੇਰਾ ਪਤੰਗ ਆ ਗਿਆ ਇੱਥੇ। ਚਲੋ ਕੋਈ ਨਾ, ਰੰਗ ਤਾਂ ਆਸੇ ਪਾਸੇ ਕੋਈ ਚੱਕਰ ਨਹੀਂ, ਪਤੰਗ ਤਾਂ ਪਤੰਗ ਹੀ ਆ। ਚਲੋ ਹੁਣ ਤੁਹਾਨੂੰ ਕਾਈਟ ਫਲਾਇੰਗ 'ਤੇ ਮਿਲਦੇ ਆ, ਚਲੋ ਜੀ। ਆਪਾਂ ਦੋਨੇ ਰੰਗ ਬਣਾ ਲਏ, ਦਿਖਾਓ ਉੱਧਰ ਇੱਕ ਵਾਰ। ਬਾਬੇ ਦੋਨਾਂ ਨੇ ਵਿੱਚ ਪਾ ਲਿਆ, ਮੈਂਟਾਂ ਜੀ ਵਿੱਚ ਬਹਿ ਗਏ, ਢੱਲ ਦੇਈ ਜਾਂਦੇ ਫਿਰ ਦੂਰ ਜਾਊਗੇ ਬੇਟੀ। ਖੜ ਜਾ ਤੋੜ ਜਾਂਦੇ ਵਿੱਚ, ਕੰਮ ਖਰਾਬ ਹੋ ਜਾਂਦਾ, ਥੱਲੇ ਡਿੱਗ ਪੈਂਦੇ ਪਿੰਡ ਚੋਂ।
ਦੇਖੋ ਜੀ ਗਾਈ ਇਹਦੀ ਆਪਾਂ ਕਰਤੀ ਨਾ ਨਾ ਬਾਈ ਵੇਚੇ ਬੂਤੇ ਨੀ ਪਏ ਗੇ ਏਦਾਂ ਤਾਂ ਤੇਰੀ ਹੋ ਗਈ ਆਈਫੋਨ ਬਾਈ ਚੱਲ ਮੰਨ ਲਿਆ ਵੀਰੇ ਮੰਨ ਲਿਆ ਫੜ ਲੋ ਵੀ ਬਾਬੇ ਦੋਨਾਂ ਨੇ ਪਾੜ ਚੜਾ ਲਿਆ ਇੱਕ ਬਾਣੀ ਦੇ ਇੱਕ ਦਾਈ ਬਾਬੇ ਮੈਂ ਛੱਡ ਦੋਨਾਂ ਦਾ ਰੰਗ ਪਾੜ ਕੇ ਟੇ ਸਾਡੇ ਕੋਲ ਹੈ ਨਹੀਂ ਹੁਣ ਮੰਡ ਕੇ ਚੱਕ ਲਾ ਕਿੱਥੇ ਹੋ ਗਿਆ ਕਾਂਡ ਉਹ ਹੋ ਗਿਆ ਕਾਂਡ ਉਹ ਦੇ ਚੱਕੋ ਵੀ ਚੱਕੋ ਪਰੋੜਾ ਨਹੀਂ ਚੱਕੋ ਪਤੰਗ ਚੱਕੋ ਬਾਬੇ ਹੋ ਗਿਆ ਕੰਮ ਉਹ ਦੇ ਜਾ ਤੇਰੇ ਤੇਰੇ ਕੱਟ ਚੱਕ ਉਧਰ ਨੂੰ ਹੁਣ ਪਤਾ ਹੀ ਨਹੀਂ ਉਹ ਤਾਂ ਵਿੱਚ ਹੀ ਪਾਟਿਆ ਹੋਇਆ ਚੱਕ ਖਿੱਚ ਨੂੰ ਕੰਮ ਲੋ ਬੇ ਹੇਨੇ ਤੰਗਾ ਦਾ ਫੜ ਲੈ ਖਿੱਚ ਆ ਖਿੱਚ ਗਾਇਸ ਕੱਲ ਦੀ ਨਜ਼ਰੀ ਲੱਗੀ ਪਈ ਆ ਕਿਸੇ ਦੀ ਪਤੰਗ ਹੀ ਪਾਟਿਆ ਨੂੰ ਫੜਨਾ ਨੂੰ ਇੱਕ ਆ ਦਾਂਗੇ ਪੜ ਕੇ ਜਾਵਾਂ ਨਵਾਂ ਡਾਂਸ ਦਾ ਇੱਕ ਹੋਰ ਪਤੰਗ ਪੜ ਗਿਆ ਇੱਕ ਹੋਰ ਡੇਢ ਦਾ ਵਾ ਡੱਬਾ ਥੱਲੇ ਪਾਟਿਆ ਵਾ ਮੇਰੀ ਵਾਲਾ ਹੀ ਉਹੀ ਆ ਮੂਡ ਹੀ ਖਰਾਬ ਹੋ ਗਿਆ ਗਾਇਸ ਅੱਜ ਦੇ ਬਲੌਗ ਦਾ ਚੱਲ ਇੱਕ ਕੰਮ ਵਧੀਆ ਹੋਇਆ ਉਹ ਦੋਨੇ ਜੋੜੇ ਵਿਚਾਰੇ ਹਾਂ ਤਨੇ ਦੀ ਮੇਨ ਆਪਣਾ ਕੰਮ ਸੀਗਾ ਕੱਲ ਕਬੂਤਰ ਖੋਣਾ ਇਹ ਪਤਾ ਗਾਇਸ ਸਾਡਾ ਮਕਸਦ ਇਹ ਸੀ ਨਾ ਇਹ ਵਿਚਾਰੇ ਭੁੱਖੇ ਤੇ ਆਹੇ ਮਾਰਦੇ ਸੀ ਖਰਾਕ ਪਾਉਣ ਵਾਲਾ ਇਹਨਾਂ ਨੂੰ ਕੋਈ ਨਹੀਂ ਸੀ ਅਸੀਂ ਕਿਹਾ ਚੱਲ ਦੋ ਕੁ ਦਿਨ ਫੜ ਕੇ ਅਸੀਂ ਵੀ ਖਰਾਕ ਪਾ ਦਿੰਦੇ ਹਾਂ ਇਹਨੂੰ ਹਾਂ ਫਿਰ ਬਾਅਦ ਵਿੱਚ ਛੱਡ ਦਾਂਗੇ ਉਹ ਆਪਣਾ ਸ਼ਿਕਾਰੀ ਬੈਠਾ ਉਹਨਾਂ ਵਾਲੀ ਕੋਈ ਬਾਹਰ ਕੱਢ ਦੇ ਮੈਂ ਖਾਵਾਂ ਉਹਨਾਂ ਨੂੰ ਓਏ ਮੈਂ ਚਾਹ ਦਾ ਕੰਨ ਖੜੇ ਕਰਦਾ ਵੀ ਖਾ ਤੇਰੀ ਟੋਪੀ ਵਾਲੀ ਹਟਾ ਨੇੜੇ ਪਹੁੰਚਾਓ ਤੇ ਅੱਜ ਆਪਣੇ ਸਕਿਨ ਹੋਣਾ ਲਿਆ ਆਪਣੇ 1500 ਆਣਾ ਲਿਆ ਜੇ ਚਾਹੀਂ ਤੇ ਆਪਣੇ 1300-1500 ਆਣਾ ਲਿਆ ਬਸ ਗਾਇਸ ਤੁਹਾਡਾ 500 ਹੋਰ ਬਸ ਹੈ ਗਿਆ ਤੇ 500 ਹੋਰ ਆ ਚਲੋ ਤੁਹਾਨੂੰ ਮਹੀਨਾ ਦੇ ਤਾਂ ਜੂਨ ਦੇ ਮਹੀਨੇ ਦੀ 25 ਤਰੀਕ ਤੱਕ ਤਾਂ ਕਰਾਈ ਸਕਦੇ ਬਸ 6 ਦੀ ਛੇੜੀ ਸਪੋਰਟ ਕਰ ਦਿਓ ਤੇ ਆਪਾਂ 1500 ਦੇ ਵੀ ਆਪਾਂ ਕੁਝ ਕਰਾਂਗੇ ਆਪਾਂ ਫਿਰ ਚੈਲੰਜ ਲੈ ਕੇ ਆਵਾਂਗੇ ਤੇ ਜਦੋਂ 1500 ਹੋ ਗਏ ਉਦੋਂ ਵੀ ਕਰਾਂਗੇ ਤੇ 1500 ਤੋਂ 15K ਤੱਕ ਦੀ ਜਰਨੀ ਅਸੀਂ ਤੁਹਾਡੇ ਨਾਲ ਬਿਆਨ ਕਰਾਂਗੇ ਅਵਲ ਤੁਹਾਡੀ ਮਰਜ਼ੀ ਆ ਵੀ ਕਿੱਥੇ ਤੱਕ ਸਾਨੂੰ ਲੈ ਜਾਣਗੇ ਤੁਹਾਡੇ ਕਰਕੇ ਅਸੀਂ ਇੱਥੇ ਆ ਤੁਸੀਂ ਹੋਰ ਤਾਂ ਸਾਨੂੰ ਥੱਲੇ ਲਾ ਵੀ ਸਕਦੇ ਤੇ ਉੱਤੇ ਚੜਾ ਵੀ ਸਕਦੇ ਹੋ ਰਾਈਟ ਦਰਸ਼ਨ ਹੈਗੀ ਸਾਡੀ ਨਹਿਰ ਤੇ ਆਪਾਂ ਨਹਿਰ ਦੇ ਪਚਾਲੇ ਦਿੰਦੇ ਆ ਨਹਿਰ ਘੁੰਮਦੇ ਸਾਡੇ ਆਲੇ ਦੁਆਲੇ ਤੇ ਬਾਬੇ ਤੁਹਾਨੂੰ ਫੇਰ ਦੱਸ ਦਈਏ ਆਪਣੇ ਕਬੂਤਰ ਵੈਸੇ ਆਪਣਾ ਅੱਜ ਆ ਬਲੌਗ ਬਣਾਉਂਦਾ ਇਹੀ ਸੀਗਾ ਮਾਸਟਰ ਟੀ ਵੀ ਆਪਾਂ ਦਿਖਾਉਣੇ ਕੱਲੇ ਕਬੂਤਰ ਹੀ ਆ ਓਹਦੇ ਕਰਕੇ ਇਹ ਵੀ ਵਿਚਾਰਾ ਨਾਲ ਹੀ ਆਇਆ ਅਸੀਂ ਫੜਿਆ ਨੀ ਵੀ ਆਇਆ ਵੀ ਇਹਨਾਂ ਨੂੰ ਮਾਰਿਆ ਜਾਂ ਡੋਰ ਚ ਫਸਾਇਆ ਅਸੀਂ ਸਿੰਪਲ ਤਰੀਕਾ ਟੋਕਰੇ ਉੱਤੇ ਡੰਡਾ ਫਸਾ ਕੇ ਸੁੱਟ ਦਿੰਦੇ ਸੀ ਇਹ ਵਿਚਾਰੇ ਉੱਥੇ ਪਾਣੀ ਸੀ ਇਹ ਆ ਜਾਂਦੇ ਸੀ ਚੱਲ ਇਹ ਤਾਂ ਹੁਣ ਆਪਾਂ ਇੱਥੇ ਫੜ ਤੇ ਚਲੋ ਫਿਰ ਆਪਾਂ ਇਹ ਵੀ ਦਿਖਾਵਾਂਗੇ ਤੁਹਾਨੂੰ ਕਬੂਤਰ ਜਦੋਂ ਡਾਵਾਂਗੇ ਫਿਰ ਦਿਖਾਵਾਂਗੇ ਜੇ ਨਹੀਂ ਡਾਏ ਤਾਂ ਦਾਣੇ ਪਰ ਜਾ ਤੁਹਾਨੂੰ ਹਰੇਕ ਰੋਜ਼ ਦਿਖਾਇਆ ਕਰਾਂਗੇ ਗਾਈਸ ਅਸੀਂ ਕਦੇ ਲਾਲਚ ਨਹੀਂ ਕਰਦੇ ਵੀ ਸਾਡੇ ਆਏ ਕਬੂਤਰ ਅਸੀਂ ਬਾਜੀ ਕਰਾਵਾਂਗੇ ਇਹਨਾਂ ਦੇ ਆਏ ਪੈਸੇ ਸਾਡੇ ਮਕਸਦ ਨਹੀਂ ਸਾਨੂੰ ਕੁਛ ਵੀ ਹੈ ਨਹੀਂ ਕਬੂਤਰਾਂ ਦੇ ਕਰਨਾ ਵੀ ਹੈ ਨਹੀਂ ਅਸੀਂ ਇਹ ਸਾਡੇ ਹੱਥ ਸਾਡਾ ਉੱਚਾ ਸੀ ਮਾੜਾ ਕਬੂਤਰ ਫੜਨ ਦਾ ਵੀ ਫੜ ਲੈ ਕਿਵੇਂ ਦੀ ਫੀਲਿੰਗ ਜੀ ਹੁੰਦੀ ਅਸੀਂ ਉਹ ਵੀ ਦੇਖਣਾ ਸੀ ਐ ਤੁਹਾਡੇ ਸਾਹਮਣੇ ਕਬੂਤਰ ਦੇਖੋ
ਉਹ ਸਾਹਮਣੇ ਕਬੂਤਰ ਦੇਖੋ ਉਹਦੇ ਕਿੰਨੇ ਪਿੰਜਰੇ ਆ ਅਸੀਂ ਤਾਂ ਉਹਨਾਂ ਨੂੰ ਦੇਖ ਦੇਖ ਕੇ ਅਸੀਂ ਵੀ ਲੱਗ ਗਏ ਅਸੀਂ ਵੀ ਲੱਗ ਗਏ ਇਹ ਤਾਂ ਗਾਈ ਸਾਡੇ ਹੱਥ ਤੇ ਜਾਂ ਮਹੀਨੇ ਦੇ ਮਹਿਮਾਨ ਆ ਅਸੀਂ ਖੁਰਾਕ ਖਰੂਕ ਪਾ ਕੇ ਛੱਡ ਹੀ ਦੇਣੇ ਆ ਬਸ ਇਹ ਤਾਂ ਤੇ ਬਸ ਜਦ ਨੂੰ ਇਹ ਮਾੜੇ ਮੋਟੇ ਫਲ ਫੁੱਲ ਜਾਣਗੇ ਮਤਲਬ ਖਾਣ ਪੀਣ ਜੋਗੇ ਹੋ ਜਾਣਗੇ ਬਸ ਸਾਡਾ ਤਾਂ ਇਹੀ ਮਕਸਦ ਆ ਹੋਰ ਜਿਵੇਂ ਦੇ ਤੁਹਾਨੂੰ ਸਾਡੇ ਵਲੌਗ ਲੱਗਦੇ ਆ ਵੀ ਦੱਸਿਓ ਮਾੜਾ ਕਮੈਂਟ ਤੁਸੀਂ ਆਲੇ ਦੱਸ ਦਿਓ ਤੁਹਾਨੂੰ ਇਕੱਲੇ ਕਾਈਟ ਵਲੌਗ ਚਾਹੀਦੇ ਆ ਕਿ ਦੂਜੇ ਵੀ ਕਿਉਂ ਤੁਹਾਨੂੰ ਆਪ ਤੁਹਾਨੂੰ ਗਰਮੀ ਆ ਚੁੱਕੀ ਆ ਤੁਹਾਡੀ ਮਰਜ਼ੀ ਤੋਂ ਬਗੈਰ ਬਸ ਇਹ ਵਲੌਗ ਨੂੰ ਵੀ ਚੰਗੇ ਨਹੀਂ ਲੱਗਦੇ ਫਿਰ ਤੁਹਾਡੀ ਮਰਜ਼ੀ ਤੋਂ ਵਲੌਗ ਨਾ ਆਏ ਪਰ ਤੁਹਾਨੂੰ ਮਾੜਾ ਮਤਲਬ ਮਜ਼ਾ ਜਿਹਾ ਮੈਨੂੰ ਆਵੇ ਦੇਖਣ ਦਾ ਹਾਂ ਵੀ ਠੀਕ ਹੋ ਇਕੱਲੇ ਕਾਈਟ ਦੇ ਹੋਰ ਵੀ ਦੱਸ ਦਿਓ ਵੀ ਇਕੱਲੇ ਜਿਹੜੇ ਆਪਾਂ ਦੂਜੇ ਹੋਰ ਵੀ ਜਿਵੇਂ ਹੁਣ ਅਸੀਂ ਕੀਤਾ ਚੈਲੰਜ ਇਹਦਾ 7 ਡੇ ਦਾ ਉਹਦੇ ਵੀ ਤੁਹਾਡਾ ਬਹੁਤ ਪਿਆਰ ਆਇਆ ਵਾ ਤੇ ਜਿਵੇਂ ਹੁਣ ਦੌਣ ਜੂਨ ਮਹੀਨਾ ਹੁੰਦਾ ਵਾ ਵੀ 15 ਦਿਨ ਦਾ ਕਰੀਏ ਜਾਂ 2 ਡੇ ਚੈਲੰਜ ਕਰੀਏ ਵੀ ਤੁਸੀਂ ਕੋਈ ਵਧੀਆ ਕੰਮ ਕਰਨਾ ਵਾ ਉਵੇਂ ਆ ਚੈਲੰਜ ਵੈਸੇ ਨਾਲ ਇਹ ਗੱਲ ਸਾਂ ਵੀ ਆਪਾਂ ਇਕੱਲੇ ਕਾਈਟ ਵਲੌਗ ਲੈ ਕੇ ਕਿ ਦੂਜੇ ਵਲੌਗ ਵੀ ਲੈ ਕੇ ਜਿਵੇਂ ਆਪਾਂ ਕਿਤੇ ਜਾਂਦੇ ਹਾਂ ਮੰਨ ਜਦੋਂ ਆਪਾਂ ਗੁਰਦੁਆਰੇ ਜਾਂਦੇ ਹਾਂ ਕਿਤੇ ਹੋਰ ਜਗ੍ਹਾ ਜਾਂਦੇ ਹਾਂ ਕਿਤੇ ਵਧੀਆ ਵਧੀਆ ਜਗ੍ਹਾ 'ਤੇ ਉਹ ਵਲੌਗ ਵੀ ਲੈ ਕੇ ਆਇਆ ਕਰੇ ਕਮੈਂਟ ਥੱਲੇ ਦੱਸ ਦਿਓ ਆਪਾਂ ਉਹ ਵਲੌਗ ਵੀ ਲੈ ਕੇ ਆਈ ਜਾਵਾਂਗੇ ਕਿਉਂ ਵੈਸੇ ਨਾਲ ਤਾਂ ਗਰਮੀ ਆ ਚੁੱਕੀ ਹੁਣ ਤੰਗ ਉੱਡਦੇ ਨੇ ਹਾਂਜੀ ਗਰਮੀ ਦੇ ਬੰਦੇ ਫਿਰ ਰੰਗ ਵੀ ਕਾਲਾ ਹੋ ਜਾਂਦਾ ਕਿਉਂਕਿ ਰੰਗ ਹੀ ਸਾਡੀ ਬਾਕੂਬੀ ਆ ਤੇ ਉਹ ਤੁਸੀਂ ਫਿਰ ਦੱਸ ਦਿਓ ਫਿਰ ਕਮੈਂਟਾਂ 'ਚ ਕਰਕੇ ਵੀ ਗੁਰਦੁਆਰੇ ਦਾ ਤੁਸੀਂ ਤੁਹਾਡੇ ਦਰਸ਼ਨ ਹੋਣੇ ਵੀ ਬਹੁਤ ਜ਼ਰੂਰੀ ਨੇ ਤੇ ਆਪਾਂ ਹੁਣ ਤੁਸੀਂ ਦੱਸ ਦਿਓ ਵੀ ਕਿਵੇਂ ਦੇ ਵਲੌਗ ਚਾਹੀਦੇ ਆ ਕਿਉਂਕਿ ਹੁਣ ਪਤੰਗ ਚੜਾਉਣ ਵੀ ਗਰਮੀ ਬਹੁਤ ਸ਼ਾਮ ਦੇ ਵੇਲਾ ਆਉਂਦਾ ਉਹ ਵੀ ਹੁਣ ਸਾਡੇ ਪੇਪਰ ਜੇ ਆ ਰਹੇ ਆ ਨੇੜੇ ਉਹਦਾ ਕੋਈ ਚੱਕਰ ਨਹੀਂ ਤੁਹਾਡਾ ਕੋਈ ਨਾ ਅਸੀਂ ਹੱਲ ਕਰ ਦਾਂਗੇ ਵਲੌਗ ਦਾ ਤੇ ਹੁਣ ਤੁਸੀਂ ਦੱਸਿਓ ਵੀ ਕਿਵੇਂ ਦੇ ਵਲੌਗ ਚਾਹੀਦੇ ਜਿਵੇਂ ਹੁਣ ਤਾਂ ਗੁਰਦੁਆਰੇ ਵਾਲਿਆ ਕਰਿਆ ਕਰੀਏ ਹੁਣ ਜਿਵੇਂ ਹੁਣ ਆਪਣੇ ਆਹ ਗੁਰਦੁਆਰਾ ਮੀ ਤੇ ਆਉਣਾ ਵਾ ਤੇ ਆਪਾਂ ਜਿਵੇਂ ਜਾਣੇ ਆ ਕਿਤੇ ਹੋਰ ਉਹ ਵੀ ਵਲੌਗ ਲੈ ਕੇ ਆਉਂਗੇ ਆਪਾਂ ਮਤਲਬ ਟਰੈਵਲ ਵਲੌਗ ਵੀ ਲੈ ਕੇ ਆਵਾਂਗੇ ਇਹੀ ਮਤਲਬ ਸਾਡਾ ਜਿਵੇਂ ਹੁਣ ਆਪਾਂ ਘਰੇ ਹੋਰ ਘਰ ਆਪਾਂ ਜਿਵੇਂ ਕੋਠ ਤੇ ਪੰਗੇ ਦੇ ਜਾਂਦੇ ਆ ਵਧੀਆ ਵਧੀਆ ਚੀਜ਼ਾਂ ਹੁੰਦੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਆਹ ਕੁ ਕਰਦੇ ਆ ਵੀ ਸਾਰਾ ਦਿਨ ਕੋਠ 'ਚ ਕੀ ਕਰਦੇ ਆ ਕੀ ਸਾਰਾ ਦਿਨ ਨਹੀਂ ਕਰਦੇ ਹੁਣ ਤੁਹਾਨੂੰ ਇਕੱਲੇ ਕਾਈਟ ਵਲੌਗ ਤਾਂ ਬੰਦ ਰਹੀ ਨਹੀਂ ਹੋਣਾ ਤੂੰ ਵੀ ਹੁਣ ਜਦੋਂ ਡਾਈ ਦਾ ਥੋੜ੍ਹਾ ਮੌਕਾ ਨਿਕਲਦਾ ਸਾਡਾ ਮਸਾਂ ਦਾ ਵੀ ਬਣਦਾ ਤਾਂ ਬਣਦੇ ਜਦੋਂ ਧੁੱਪ ਹੀ ਹਟਦੀ ਹੈ ਕਿਉਂ ਪਤਾ ਜਦੋਂ ਬਣਾਉਂਦੇ ਹਾਂ ਤਾਂ ਧੁੱਪ ਕੈਮਰੇ 'ਚ ਪੈਂਦੇ ਤਾਂ ਹੁੰਦਾ ਨਹੀਂ ਕੁਛ ਵੀ ਤਾਂ ਹੋਰ ਹੀ ਕਾਲਾ ਕਾਲਾ ਜਿਹਾ ਹੋਈ ਜਾਂਦਾ ਹੁੰਦਾ ਪਿਛਲਾ ਬਹੁਤ ਦੇਖਿਆ ਸੀ ਧੁੱਪ 'ਚ ਬਣਾਇਆ ਵਾ ਅਤੇ ਬਣਾ ਨਹੀਂ ਗਾ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਬਣਾ 2 ਦਿਨ ਲੱਗ ਜਾਂਦੇ ਇੱਕ ਵਲੌਗ ਦੇ ਵੈਸੇ ਕੋਈ ਨਾ ਕਾਈਟ ਵਲੌਗ ਵੀ ਲੈ ਕੇ ਆਵਾਂਗੇ ਅਸੀਂ ਅਤੇ ਅੱਜ ਕੱਲ੍ਹ ਅਸੀਂ ਦੂਜੇ ਵਲੌਗ ਵੀ ਲੈ ਕੇ ਆਵਾਂਗੇ ਕਾਈਟ ਦੋਨੇ ਮੈਕਸੀ ਲੈ ਕੇ ਆਵਾਂਗੇ ਹੁਣ ਆਪਾਂ ਅਤੇ ਤੇ ਉਹ ਤੁਹਾਡੀ ਮਰਜ਼ੀ ਆ ਵੀ ਤੁਹਾਨੂੰ ਕਿਵੇਂ ਦੇ ਚਾਹੀਦੇ ਤੁਸੀਂ ਉਵੇਂ ਕਮੈਂਟ 'ਚ ਕਰਕੇ ਦੱਸ ਦਿਓ ਅਤੇ ਤੁਹਾਨੂੰ ਅੱਜ ਦਾ ਵਲੌਗ ਜ਼ਿਆਦਾ ਅਸੀਂ ਨਾ ਲੰਬੇ ਕਰਦੇ ਹੋਏ ਤਾਂ ਤੁਹਾਨੂੰ ਅਸੀਂ ਦੱਸ ਦਿਓ ਵੀ ਕਿਵੇਂ ਦਾ ਲੱਗਿਆ ਕਮੈਂਟ 'ਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਸਾਡੀਆਂ ਪ੍ਰੈਸ ਟੋਲਣ ਦੀਆਂ ਵੀਡੀਓ ਦੇ ਨੋਟੀਫਿਕੇਸ਼ਨ ਲੈਣ ਲਈ ਸਭ ਤੋਂ ਪਹਿਲਾਂ ਰੈੱਡ ਵਾਲਾ ਬਟਨ ਹੱਥ ਜੋੜ ਕੇ ਕਹਿੰਦੇ ਹਾਂ ਅਤੇ ਬੈਲ ਆਈਕਨ ਜ਼ਰੂਰ ਦਬਾ ਲਿਓ ਅਤੇ ਆਪਾਂ ਹੁਣ ਤੁਹਾਨੂੰ ਕੀ ਕਹਿੰਦੇ ਸੀ ਅਤੇ ਆਪਾਂ ਕਹਿੰਦੇ ਸੀ ਹੁਣ ਤੁਸੀਂ ਵੀ ਦੱਸਣਾ ਵਾ ਕਮੈਂਟਾਂ 'ਚ ਕਰਕੇ ਵਿੱਚ ਚੈਨਲ 'ਚ ਵੱਧ ਤੋਂ ਵੱਧ ਕਿਉਂਕਿ ਫਿਰ ਬੰਦਾ ਕਹਿਣ ਲੱਗ ਜਾਂਦਾ ਵੀ ਅਸੀਂ ਬੋਰ ਹੁੰਦੇ ਹਾਂ ਵੀ ਐਵੇਂ ਹੁੰਦੇ ਹਾਂ ਕਿਉਂਕਿ ਬੰਦਾ ਫਿਰ ਕਹਿਣ ਲੱਗ ਜਾਂਦਾ ਵੀ ਅਸੀਂ ਬੰਦਾ ਉਵੇਂ ਕਹਿਣ ਲੱਗ ਜਾਂਦਾ ਹੁੰਦਾ ਵੀ ਅਸੀਂ ਬੋਰ ਹੋ ਜਾਂਦੇ ਹਾਂ ਵੀ ਸਾਨੂੰ ਮਜ਼ਾ ਜਿਹਾ ਨਹੀਂ ਹੁੰਦਾ ਫੀਲ ਜੀ ਨਹੀਂ ਆਉਂਦੀ ਵੀ ਦੇਖਣ ਦੀ ਵੀ ਮਨ ਜਿਹਾ ਨਹੀਂ ਲੱਗਦਾ ਫਿਰ ਤੁਹਾਡੀ ਮਰਜ਼ੀ ਦੇ ਵਲੌਗ ਆਉਣ ਤਾਂ ਸਾਨੂੰ ਵੀ ਵਧੀਆ ਲੱਗੇ ਵੀ ਸਾਡੇ ਦਰਸ਼ਕ ਵੀ ਐਵੇਂ ਦੇ ਵਲੌਗ ਮੰਗਦੇ ਆ ਪਰ ਤੁਸੀਂ ਦੱਸ ਦਿਓ ਕਿਵੇਂ ਟਰੈਵਲ ਵਾਲੇ ਸਾਰੇ ਅਸੀਂ ਲਿਆਵਾਂਗੇ ਕੋਈ ਚੱਕਰ ਨਹੀਂ ਨਾਲੇ ਵੈਸੇ ਤੁਸੀਂ ਕਹਿੰਦੇ ਹੋ ਵੀ ਹਜੇ ਵੀ ਕਾਈਟ ਵਲੌਗ ਚਾਹੀਦੇ ਆ ਤੁਹਾਨੂੰ ਚੈਲੇਂਜ ਦਿਓ ਵੀ ਅਸੀਂ ਕਿੰਨੇ ਦਿਨ ਲਗਾਤਾਰ ਵਲੌਗ ਲੈ ਕੇ ਆਈਏ ਲੈ ਕੇ ਜਦੋਂ ਮੈਂ ਤੁਸੀਂ ਮਹੀਨਾ ਦੇ ਰਹੋ 2 ਮਹੀਨੇ ਦੇ ਰਹੋ 15 ਦਿਨ ਮਰ ਜਾਂਦੋ ਪਹਿਲੇ 7 ਨੇ ਦਿੱਤਾ ਅਸੀਂ ਪੂਰਾ ਕੰਪਲੀਟ ਕਰਤਾ ਅਤੇ ਚਲੋ ਫਿਰ ਤੁਸੀਂ ਸਾਨੂੰ ਜਿਹੜੇ ਮਰਜ਼ੀ ਡੇ ਦੇ ਦਿਓ ਅਸੀਂ ਕੰਪਲੀਟ ਕਰਾਂਗੇ ਅਤੇ ਨਾਲੇ ਆਪਾਂ ਹੁਣ ਪਤੰਗ ਵੀ ਨਵੇਂ ਲੈ ਕੇ ਆਵਾਂ ਕਿਉਂ ਸਾਡੇ ਪਤੰਗ ਤਾਂ ਨਵੇਂ ਘੱਟ ਹੀ ਰਹੇ ਹੁਣ ਤਾਂ ਆਹ ਦੇਖੋ ਪਤੰਗ ਤਾਂ ਆਹੀ ਰਹਿ ਗਏ ਦੋ 5-10 ਇਹੀ ਰਹਿ ਗਏ ਪਹਿਲਾਂ ਇੰਨੇ ਪਤੰਗ ਸੀਗੇ ਪਾਣੀ ਗਾਇਬ ਗੂਬ ਹੋ ਗਏ ਪਤੰਗ ਲੈ ਕੇ ਆਵਾਂਗੇ ਉਹ ਵੀ ਤਾਂ ਲੈ ਆਵਾਂਗੇ ਅਤੇ ਡੋਰਾ ਵੀ ਲੈ ਕੇ ਆਵਾਂਗੇ ਉਹ ਵੀ ਫਾਈਟਿੰਗ ਕਰਾਂਗੇ ਰਾਈਟ ਹਾਂਜੀ ਅਤੇ ਚਲੋ ਫਿਰ ਆਪਾਂ ਅਸੀਂ ਇਸ ਵੀਡੀਓ ਨੂੰ ਜ਼ਿਆਦਾ ਨਾ ਲੰਬਾ ਕਰਦੇ ਹੋਏ ਕਹਿੰਦੇ ਹਾਂ ਚੈਨਲ ਨੂੰ ਤਾਂ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਟਾਰਗੇਟ ਦਿੱਤਾ ਵਾ 1500 ਤੋਂ ਸਾਡੇ ਤੁਸੀਂ ਸਾਡੇ ਇੰਨੀ ਮਿਹਨਤ ਕਰਕੇ ਸਾਡੀ ਤੇ ਦੇਖ ਕੇ ਵੀ ਤੁਸੀਂ ਕੰਪਲੀਟ ਕਰਤੇ ਆ ਹੁਣ 2000 ਜੂਨ ਦੇ ਮਹੀਨੇ ਵਿੱਚ ਕੰਪਲੀਟ ਹੋ ਜਾਣੇ ਚਾਹੀਦੇ ਆ 500 ਰਹਿ ਕੇ ਨਵੇਂ ਤੋਂ ਨਵੇਂ ਖਿੱਚ ਕੇ ਮਾਰ ਤਿੰਨ ਕੇ ਤੱਕ ਦੀ ਜਰਨੀ ਜੀ ਆਉਣੀ ਹੀ ਆਉਣੀ ਆ ਤੁਹਾਨੂੰ ਲੈ ਮੰਮਾ ਇੰਨਾ ਵਾ ਤੇ ਅਗਲੇ ਆਪਣੇ ਸਰਦਿਆਂ ਦੇ ਘਰ ਆਪਣੇ ਮਨ
2500-3000 ਦੀ ਕੰਪਲੀਟ ਦਾ ਕਰਾਈ ਦਿਓ। ਇਹਦਾ ਤੁਹਾਡੇ ਮਤਲਬ ਤੁਸੀਂ ਉਂਗਲ ਐਂ ਨੱਪਣੀ ਮਾੜੀ ਜੀ, ਆਪਣੇ ਦਾ ਇੱਕ ਇੱਕ ਐਂ ਵਧਣਾ ਵਾ। ਤੁਹਾਡੀ ਉਂਗਲੀ ਸਾਨੂੰ ਥੱਲੇ ਲਾ ਸਕਦੀ ਆ ਤਾਂ ਚੜਾ ਵੀ ਸਕਦੀ ਆ। ਜੇ ਹੁਣ ਅਸੀਂ ਵੀਡੀਓ ਨੂੰ ਨਾ ਲੰਬਾ ਕਰਦੇ ਹੋ ਕਹਿੰਦੇ ਹਾਂ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਹਰੇਕ ਵਾਰ ਹੀ ਕਹਿੰਦੇ ਹਾਂ ਗਾਈਜ਼, ਕਿਉਂਕਿ ਉਹਦੇ ਕਰਕੇ ਅਸੀਂ ਹੈਗੇ ਹਾਂ ਸਬਸਕ੍ਰਾਈਬ ਕਰਕੇ, ਕਿਉਂਕਿ ਹੋਰ ਤਾਂ ਸਾਨੂੰ ਨਹੀਂ ਚਾਹੀਦਾ, ਬੰਦਾ ਮਿਹਨਤ ਕਰਦਾ ਰਹਿੰਦਾ ਗਾ। ਅਤੇ ਹੁਣ ਅਸੀਂ ਪਤੰਗ ਚੜਾਉਂਦੇ ਹਾਂ ਇੰਨੀ ਗਰਮੀ 'ਚ, ਗਰਮੀ 'ਚ ਫਿਰ ਧੁੱਪੇ ਆਏ ਮਸ਼ੀਨਾਂ 'ਚ ਆਉਣ ਲੱਗ ਜਾਂਦਾ ਵਾ, ਉਹ ਤਾਂ ਗੱਲ ਕਰਾਂ ਅੱਜ ਸਾਡੀ ਬਾਬੇ ਨੇ ਸੁਣ ਲਈ, ਇਹਨਾਂ ਕਰਕੇ ਇਹ ਵਿਚਾਰੇ ਚੱਲਣ ਲੱਗ ਗਏ ਚੱਲ ਲੱਗ ਗਈ ਆ। ਅਤੇ ਚਲੋ ਜੀ ਪ੍ਰਿੰਸ ਮੈਂ ਤੁਹਾਨੂੰ ਆਏਗੇ, ਮੈਂ ਲਾਸਟ ਟਾਈਟਲ ਬੋਲ ਗਿਆ, ਆਪਾਂ ਲਾਸਟ ਟਾਈਟਲ ਆਪਣਾ ਬੋਲ ਲੱਗਦੇ ਹਾਂ। ਚਲੋ ਫਿਰ ਸਾਡਾ ਚਲੋ ਮੈਂ ਸੁਣਾ ਵਲੋਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ, ਅਤੇ ਅਗਲੇ ਵਾਰ ਮਿਲਦੇ ਹਾਂ ਤਾਂ ਨਾਲੇ ਕਮੈਂਟ 'ਚ ਦੱਸ ਦਿਓ ਜ਼ਰੂਰ ਤੁਹਾਨੂੰ ਟਰੈਵਲ ਵਲੋਗ ਚਾਹੀਦੇ ਆ ਜਾਂ ਨਹੀਂ। ਚਲੋ ਫਿਰ ਅਗਲੇ ਵਾਰ ਮਿਲਦੇ ਹਾਂ, ਬਾਏ ਬਾਏ, ਟਾਟਾ, ਰੱਬ ਰਾਖਾ। ਲਓ ਮੈਂ ਹੁਣ ਤੇਰੀ ਵੀਰ ਸਿੰਘ ਫਿਰ ਪਹਿਲੇ ਵਲੋਗ ਤਾਂ ਲਾਸਟ ਕਰ ਦੇਗਾ, ਤਾਂ ਤੇਜਾ ਹੁਣ ਡਾਕ ਦਿਖਾਊਗਾ ਤੁਹਾਨੂੰ ਪਰਚੀਆਂ ਅਤੇ ਡਾ ਮਾੜੇ ਪਰਚੀਆਂ ਤੁਹਾਨੂੰ ਇਹ ਉਹ ਚੱਕ ਉਹ ਜਾਂਦੀਆਂ ਪਰਚੀਆਂ ਦੇਖੋ। ਹਾਂ ਚਲੋ ਫਿਰ।